ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼੍ਰੀ ਕ੍ਰਿਸ਼ਨਾ ਡੇਅਰੀ ਫਾਰਮ ਪਿੰਡ ਸਲਾਣਾ ਨੇੜੇ ਇਹ ਖੰਨੇ ਦੇ ਆ ਪਿੰਡ ਤੇ ਇਹ ਡੇਅਰੀ ਫਾਰਮ ਇੱਕ ਇਦਾਂ ਦਾ ਫਾਰਮ ਆ ਦੱਸੋ ਜਿੱਥੇ ਵਪਾਰ ਚ ਤਾਂ ਪਸ਼ੂ ਬਹੁਤ ਸਾਰੇ ਗਿਣਤੀ ਦੇ ਵਿੱਚ ਇੱਥੇ ਹਮੇਸ਼ਾ ਹੀ ਮੌਜੂਦ ਹੁੰਦੇ ਆ ਅਵੇਲੇਬਲ ਰਹਿੰਦੇ ਆ ਪਰ ਨਾਲ ਨਾਲ ਦੁੱਧ ਤੇ ਲਾਏ ਹੋਏ ਪਸ਼ੂ ਵੀ ਇਹਨਾਂ ਕੋਲ ਬਹੁਤ ਸਾਰਾ ਜਿਹੜੇ ਬਹੁਤ ਸਾਰੇ ਨਾਗ ਇੱਥੇ ਰਹਿੰਦੇ ਆ ਜਿਵੇਂ ਤੁਸੀਂ ਪਰਲੇ ਪਾਸੇ ਇੱਕ ਫਾਰਮ ਦੇਖ ਸਕਦੇ ਹੋ। ਸੋ ਵਿਕਰੀ ਵਾਲੇ ਪਸ਼ੂ ਅੱਜ ਤੁਹਾਨੂੰ ਮੈਂ ਦਿਖਾਉਣੇ ਆ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਨਾਗ ਜੱਟ ਜੂਗਾ ਤਾਂ ਤੁਸੀਂ ਆ ਕੇ ਤਸੱਲੀ ਕਰਕੇ ਖਰੀਦ ਲਿਓ। ਖਾਸ ਕਰਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਰੀਆਂ ਜਿਹੜੀਆਂ ਤੁਹਾਨੂੰ ਗਾਵਾਂ ਦਿਖਾਉਣ ਲੱਗਾ ਇੱਕ ਬਹੁਤ ਸੋਹਣੀ ਗਾਂ ਜਿਹੜੀ ਸੂਣ ਦੀਆਂ ਤਿਆਰੀਆਂ ਜਦ ਖੁੱਲੀ ਛੱਡੀ ਵੀ ਹੈ ਲਾਸਟ ਉੱਤੇ ਦਿਖਾਊਂਗਾ। ਇਹਦੇ ਤੋਂ ਪਹਿਲਾਂ ਬਹੁਤ ਸਾਰੇ ਪਸ਼ੂ ਆ ਜਿਹੜੇ ਤੁਹਾਨੂੰ ਮੈਂ ਦਿਖਾਉਣ ਲੱਗਾ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ। ਵਿੱਚ ਕੁਛ ਜਰਸੀ ਗਾਵਾਂ ਵੀ ਆ ਦੋਸਤੋ ਤੇ ਖਾਸ ਇਹ ਵੀ ਰਹੂਗਾ ਵੀ ਇੱਥੇ ਸੋਈਆਂ ਸਵਾਈਆਂ ਵਹਿੜਾਂ ਵੀ ਇੱਥੇ ਹੈ ਇਸ ਟਾਈਮ। ਸੋ ਆਓ ਆਪਾਂ ਜਾਣਕਾਰੀ ਬਾਈ ਤੋਂ ਲਈਏ ਤੇ ਫਿਰ ਤੁਹਾਨੂੰ ਪਸ਼ੂ ਦਿਖਾਉਣੇ ਆ। ਤੁਸੀਂ ਜਿਹੜਾ ਨਾਗ ਜੱਟ ਗਿਆ ਉਹਦੀ ਤਸੱਲੀ ਆ ਕੇ ਕਰ ਲਿਓ ਜੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ। ਆਓ ਸ਼ੁਰੂਆਤ ਕਰੀਏ ਦੋਸਤੋ ਇਹ ਵਹਿੜਾਂ ਵੀ ਜਿਹੜੀਆਂ ਸੋਈਆਂ ਸਵਾਈਆਂ ਕੁਛ ਇੱਥੇ ਖੜੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ। ਵੀਰਵਿੰਦਰ ਬਾਈ ਸਤਿ ਸ਼੍ਰੀ ਅਕਾਲ। ਸੀਗਾ ਵੀ ਜੀ ਬਾਈ ਅੱਜ ਆਪਾਂ ਗਾਵਾਂ ਦਿਖਾ ਰਹੇ ਹਾਂ ਨਾ। ਹਾਂਜੀ ਹਾਂਜੀ ਵੈਸੇ ਮੱਝਾਂ ਵੀ ਹੁਣ ਆ ਰਹੀਆਂ ਇੱਥੇ ਵਿਕਰੀ ਆਉਣਾ ਮੱਝਾਂ ਜੀ ਵਿਕਰੀ ਵਾਸਤੇ ਤਾਂ ਨਹੀਂ ਲੈਂਦੇ ਵੈਸੇ ਹੈਗੀਆਂ ਮੱਝਾਂ ਆਪਣੇ ਕੋਲ 5-6 ਸੂਈਆਂ ਵੀ ਤਾਜ਼ੀਆਂ ਬਿਲਕੁਲ ਜੀ। ਠੀਕ ਹੈ ਜੇ ਕਿਸੇ ਨੂੰ ਚਾਹੀਦੀ ਹੋਵੇ ਇੱਕ ਅੱਧੀ ਮੱਝ ਆਪਾਂ ਦੇ ਵੀ ਦੇਵਾਂਗੇ। ਠੀਕ ਹੈ ਵੈਸੇ ਮੱਝਾਂ ਦਾ ਤੁਹਾਨੂੰ ਪਤਾ ਹੀ ਆਪਾਂ ਘੱਟ ਕਰਦੇ ਹਾਂ ਕੰਮ ਜੀ। ਠੀਕ ਹੈ ਤੇ ਗਾਵਾਂ ਦਾ ਰੂਟੀਨ ਗਾਵਾਂ ਦਾ ਰੂਟੀਨ 'ਚ ਜੀ ਅੱਛਾ ਅੱਜ ਸ਼ੁਰੂਆਤ ਕਰਦੇ ਹਾਂ ਪਰਲੇ ਪਾਸੇ ਇੱਕ ਗਾਂ ਖੜੀ ਹੈ ਬਾਈ। ਹਾਂਜੀ ਹਾਂਜੀ ਕਿੰਨੇ ਕੁ ਦਿਨ ਲਓ ਸੂਣ 'ਚ? ਇਹ ਤਾਂ 20-22 ਦਿਨ ਪਏ ਨੇ ਜੀ। 20-22 ਦਿਨ ਹਰੇ ਆਪਣੇ ਘਰ ਦੀ ਬੱਚੀ ਹੈ ਜੀ। ਠੀਕ ਹੈ ਮਤਲਬ ਪਹਿਲੇ ਸੂਏ ਆਪਾਂ 35-36 ਕਿਲੋ ਦੁੱਧ ਦੇ ਘਰੇ ਚੋਇਆ ਜੀ। ਠੀਕ ਹੈ ਦੂਜੇ ਸੂਏ ਨੂੰ ਹੁਣ ਸੂਣ ਨੂੰ ਤਿਆਰ ਆ ਖੋਲ ਕੇ ਕੀ ਇਹਦਾ ਰੇਟ ਰਹਿਣਾ ਬਾਈ? ਰੇਟ ਆਪਾਂ ਫੋਨ ਤੇ ਦੱਸਾਂਗੇ ਜੀ। ਖੋਲ ਹੀ ਵੀਰੇ ਖੋਲ ਕੇ ਦਿਖਾ। ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਇਹ ਇਹਨਾਂ ਦੇ ਫਾਰਮ ਦੀ ਬਰੀਡ ਹੈ ਮਤਲਬ ਘਰੇ ਦੁੱਧ ਚੋਇਆ ਹੋਇਆ ਪਿਛਲੇ ਸੂਏ ਦੇ ਵਿੱਚ ਪਹਿਲੇ ਸੂਏ 'ਚ 20-22 ਦਿਨਾਂ ਦੀ ਕੱਚੀ ਹੈ ਦੰਦੋਂ 6 ਦੰਦ ਹੈ ਜੀ ਹਜੇ। ਠੀਕ ਹੈ ਸੋ ਹਵਾਨਾ ਦੱਸੋ ਹੁਣ ਵੀ ਚੰਗਾ ਦਿਸਦਾ ਬਾਕੀ ਅਜੇ ਦਾਣੇ ਲੈਂਦੀ ਹੈ ਲਿਆ ਵਾਪਸ ਬਾਈ। ਸੋ ਇਹ ਦੱਸੋ ਪਹਿਲੇ ਨੰਬਰ ਤੇ ਇਹ ਤੋਂ ਬਾਅਦ ਚ ਇੱਕ ਹੋਰ ਗਾਂ ਹਜੇ ਕੱਚੀ ਦਿਸਦੀ ਹੈ ਬਈ ਇਹਦੀ ਕੀ ਡਿਟੇਲ ਹੈ? ਵੀ ਜੀ ਇਹਦੇ ਇਹਦੇ ਲਗਭਗ 25 ਤੋਂ ਲੈ ਕੇ 30 ਦਿਨ ਦੇ ਮਹੀਨੇ ਦੇ ਵਿੱਚ ਪਿਆ ਜੀ ਟਾਈਮ। ਇੱਕ ਮਹੀਨਾ ਲੈ ਜੂਗੀ? ਇੱਕ ਮਹੀਨਾ ਲੈ ਜੂਗੀ ਹਜੇ ਜੀ। ਠੀਕ ਹੈ ਵੀ 30-32 ਕਿਲੋ ਪਾਇਆ ਹੋਇਆ ਜੀ। ਠੀਕ ਹੈ ਹਾਂਜੀ ਸੋ ਇੱਕ ਮਹੀਨੇ ਦੀ ਕੱਚੀ ਹੈ ਹਜੇ। ਠੀਕ ਹੈ ਬਾਈ ਇਹ ਤੋਂ ਅੱਗੇ ਬਾਈ ਜਿਹੜੀ ਗਾਂ ਖੜੀ ਹੈ ਜੀ ਇਹ ਦੂਜੇ ਸੂਏ ਗਾਂ ਜੀ। ਤਕਰੀਬਨ 35-36 ਕਿਲੋ ਦੁੱਧ ਪਾਇਆ ਹੈ ਜੀ 15-16 ਦਿਨ ਰਹਿੰਦੀ ਹੈ ਗਾਂ ਜੀ ਹਜੇ। ਇਹਨੂੰ ਤੋੜ ਦਈਏ ਬਾਈ। ਸੋ ਦੱਸੋ 15-16 ਦਿਨਾਂ ਦੀ ਕੱਚੀ ਹੈ ਜਿਹੜੀਆਂ ਹਵਾਨਾ ਦਿਖਾਉਂਦੀਆਂ ਹੋਈਆਂ ਮਤਲਬ ਤਿਆਰੀ ਜਿਹੀ ਚ ਦਿਸੀਆਂ ਉਹ ਤੋੜ ਦਿਆਂਗੇ ਦੂਜੀਆਂ ਕਿਉਂਕਿ ਟਾਂਚੇ ਤੁਸੀਂ ਖੜੀਆਂ ਦੇ ਵੀ ਦੇਖ ਲੈਣੇ ਵੀਡੀਓ ਬਹੁਤ ਹੀ ਲੰਬੀ ਫਿਰ ਨਾਲ ਜਾਵਾਂਗੇ। ਸੋ ਇਸ ਗਾਂ ਨੂੰ ਤੁਸੀਂ ਦੇਖ ਸਕਦੇ ਹੋ ਸੋ ਦਿਨ ਲੈਂਦੀ ਹੈ ਸੂਣ ਦੇ ਵਿੱਚ ਚੰਗੀ ਤਿਆਰੀ ਫੜਦੀ ਆਉਂਦੀ ਹੈ ਜੇ 15-16 ਦਿਨ ਇਹਨੇ ਲੈ ਜਾਣੇ ਆ ਸੂਣ ਦੇ ਵਿੱਚ। ਸੋ ਟਾਂਚਾ ਤੁਸੀਂ ਦੇਖ ਸਕਦੇ ਹੋ ਹਵਾਨਾ ਇਹਦਾ ਇੱਥੋਂ ਦੇਖ ਲਓ ਇਦਾਂ ਦਾ ਰੁੱਖ ਇਹਦੇ ਹਵਾਨੇ ਦਾ। ਸੋ ਇਹ ਵੀ ਗਾਂ ਦੱਸੋ ਗੱਭਣ ਹੈ ਇੱਕ ਹੋਰ ਗਾਂ ਇੱਥੇ ਖੜੀ ਹੈ ਬਹੁਤ ਸੋਹਣੀ ਗਾਂ ਕਿੰਨਵਾਂ ਸੂਆ ਬਾਈ ਹੈ ਜਿਹੜੀ ਪਹਿਲੇ ਸੂਏ 2 ਦੰਦ ਆਈ ਦੰਦੋ ਹਜੇ ਪਹਿਲਾ ਸੂਆ 2 ਦੰਦ ਹਾਂਜੀ ਰਹਿਣ ਕਿੰਨੇ ਕੁ ਲੈ ਜੂਗੀ ਸੂਣ? ਬਸ ਜੀ 5-4 ਦਿਨ ਲਊ ਜੀ। ਠੀਕ ਹੈ ਖੋਲੀ ਬਾਈ ਨੂੰ ਖੋਲ ਕੇ ਮੁਕੇ ਤੋ 5-4 ਦਿਨ ਲੈਂਦੀ ਹੈ ਦੱਸੋ ਸੂਣ ਦੇ ਵਿੱਚ ਪਹਿਲਾ ਸੂਆ ਇਸ ਵੱਛੀ ਨੇ ਸੂਣਾ ਹੈ ਮਜ਼ਬੂਤ ਢਾਂਚੇ ਦੀ ਹੈ ਥਣ ਹੱਥੀ ਚਵਾਈ ਵਾਲਾ ਤੇ ਹਵਾਨੇ ਦੀ ਤਿਆਰੀ ਉਹ ਤੁਸੀਂ ਦੀ ਵੀਡੀਓ 'ਚ ਹੁਣ ਦੇਖ ਸਕਦੇ ਹੋ ਲਿਆ ਬਾਈ ਨੂੰ ਬੰਦ 35 ਕਿਲੋ ਤੋਂ ਬਾਹਰ ਦੁੱਧ ਪਾ ਜੂ ਵੀਰੇ ਬੱਚੀ ਜੀ। ਠੀਕ ਹੈ ਆਪਣੇ ਕੋਲ ਖੜੀ ਰਹੀ ਤਾਂ 10 ਦਿਨ ਹਜੇ ਆਰਾਮ ਨਾਲ ਲੈ ਜੂਗੀ ਆਪਣੇ ਕੋਲ ਕਿਉਂਕਿ ਰੇਤੇ 'ਚ ਬੰਨਦੇ ਹਾਂ ਅਸੀਂ ਕੱਚੇ 'ਚ ਰਹਿੰਦੀ ਹੈ ਜੀ 24 ਘੰਟੇ। ਸੋ ਦੱਸੋ ਰੇਤੇ 'ਚ ਬੰਨਣ ਕਰਕੇ 10 ਦਿਨ ਲੈ ਜੂਗੀ ਇੱਕ ਵੱਖਰੇ ਜੇ ਰੰਗ ਦੇ ਵਿੱਚ ਇਹ ਜਰਸੀ ਕਹਾਂਗੇ ਬਾਈ ਇਹ ਵੀ ਜੀ ਬਰਾਊਨ ਸਵਿਸ ਬਰੀਡ ਹੈ ਜੀ। ਠੀਕ ਹੈ ਬਰਾਊਨ ਇਹਦੀ ਬਰੀਡ ਆਪਾਂ ਪਹਿਲਾਂ ਵੀ ਵੀਡੀਓ ਕਰੀ ਸੀ ਜੀ ਪਿਛਲੀ ਵੀਡੀਓ 'ਚ
ਉਦੋਂ ਕੱਚੀ ਸੀ ਉਦੋਂ ਇਹ ਡਰਾਈ ਹੋਈ ਸੀ ਜੀ ਠੀਕ ਹੈ ਹੁਣ ਇਹਦੇ ਤਕਰੀਬਨ 20 ਦਿਨ ਰਹਿ ਗਏ ਜੀ 20 ਦਿਨ ਰਹਿ ਗਏ ਹਾਂਜੀ ਹਾਂਜੀ ਠੀਕ ਹੈ ਦੂਜਾ ਸੂਆ ਜੀ ਅੱਗੇ ਵੀ ਇੰਪੋਰਟੈਂਟ ਸੀਮਨ ਤੋਂ ਪ੍ਰੈਗਨੈਂਟ ਹੈ ਜੀ ਠੀਕ ਹੈ ਬੋਲੀ ਬਾਈ ਸੋ ਦੋਸਤੋ ਦੂਜਾ ਸੂਆ ਬਰਾਊਨ ਸਵੈਸ ਨਾਂ ਦੀ ਬਰੀਡ ਹੈ ਰੰਗ ਤੁਸੀਂ ਇਹਦਾ ਦੇਖ ਸਕਦੇ ਹੋ ਤੁਹਾਨੂੰ ਇੱਥੋਂ ਵੀ ਪਤਾ ਲੱਗੂਗਾ ਇਹਦਾ ਇਹਦੇ ਵੀ ਜੀ ਕੰਨਾਂ ਦੇ ਬਾਲ ਵੀ ਬਰਾਊਨ ਨੇ ਜੀ ਅੱਖਾਂ ਵੀ ਬਰਾਊਨ ਨੇ ਵਿੱਚੋਂ ਜੀ ਤੇ ਪੂੰਛ ਦੇ ਬਾਲ ਵੀ ਉਦਾਂ ਦੇ ਨੇ ਠੀਕ ਹੈ ਸੋ ਇਹ ਬਰਾਊਨ ਸਵੈਸ ਸਰਚ ਕਰੋਗੇ ਤਾਂ ਤੁਹਾਨੂੰ ਇਦਾਂ ਦੀਆਂ ਵਹਿੜਾਂ ਜਿਹੜੀਆਂ ਉਹ ਦਿਸਣਗੀਆਂ ਸੋ ਉਸ ਨਸਲ ਦੀ ਇਹ ਵਹਿੜ ਬੰਦੇ ਬੰਦੇ ਮਿਲਕ ਵੀਨ ਬਹੁਤ ਸੋਹਣੀ ਆਉਂਦੀ ਹੈ ਦੱਸੋ ਜਦੋਂ ਇਹਦੀ ਜੇ ਜਿਹੜੀ ਤਿਆਰੀ ਕਰਨੀ ਹੋਵੇ ਵਾਲਾਂ ਦੀ ਕਟਿੰਗ ਕੁਟਿੰਗ ਕਰਕੇ ਤਾਂ ਮਿਲਕ ਵੀਨ ਵੱਖਰੀ ਵਾਲਾ ਇਹਦੀ ਜੀ ਦਿਸੂਗੀ ਸੋ ਇਦਾਂ ਦਾ ਰੁੱਖ ਬਾਨੇ ਦਾ ਇਹ ਵੇਚ ਦਿਆਂਗੇ ਬਾਈ ਇਹ ਵੈਡ ਹਾਂਜੀ ਦੇ ਦਾਂਗੇ ਜੀ ਕੋਈ ਸ਼ਕੀਨਾ ਹੋਊ ਬੰਦਾ ਠੀਕ ਹੈ ਜਿਹੜੀ ਇੱਧਰ ਜਰਸੀ ਅੱਗੇ ਖੜੀ ਹੈ ਬਾਈ ਕਿਨਵਾਂ ਸੂਆ ਇਹ ਵੀ ਜੀ ਦੂਜੇ ਸੂਏ ਵੀ 6 ਦਿਨ ਦਾ ਜੀ ਠੀਕ ਹੈ ਹਾਂਜੀ ਕਿੰਨਾ ਚਿਰ ਲਊ ਸੂਣ ਚ ਇਹ 10 ਤੋਂ 12 ਦਿਨ ਲੈਂਦੇ ਨੇ ਜੀ ਅਜੇ ਸੂਣ ਠੀਕ ਹੈ ਖੋਲ ਲਈ ਬਾਈ ਖੋਲ ਲਊਗੇ ਸੋ ਦੂਜਾ ਸੂਆ 10 ਤੋਂ 12 ਦਿਨ ਲੈਂਦੀ ਹੈ ਸੂਣ ਚ ਖਾਸ ਗੱਲ ਆ ਵੀ ਲੰਬੀ ਵੈੜ ਬਹੁਤ ਆ ਹਵਾਨਾ ਵੀ ਚੰਗਾ ਤਿਆਰ ਕਰਦੀ ਹੁੰਦੀ ਹੈ ਢਾਂਚਾ ਤੁਸੀਂ ਇਹਦਾ ਵੀਡੀਓ ਚ ਦੇਖ ਸਕਦੇ ਹੋ ਇਹ ਰੁੱਖ ਹੈ ਇਹਦਾ ਦੱਸੋ ਚੰਗਾ ਹਵਾਨਾ ਦਿਸਦਾ ਇਹਦੋਂ ਅੱਗੇ ਇੱਕ ਐਚ ਐਫ ਖੜੀ ਹੈ ਹਾਂਜੀ ਇਹਦੇ ਬਾਰੇ ਆਪਾਂ ਜਾਣਕਾਰੀ ਲੈ ਲਾਂਗੇ ਬਾਈ ਇੱਥੇ ਖੜੀ ਬਾਰੇ ਦੱਸ ਦਿਓ ਜੀ ਵੀ ਜੀ 20 ਦਿਨ ਰਹਿੰਦੇ ਨੇ ਸੂਨ ਤੇ ਜੀ ਹਜੇ 20 ਦਿਨਾਂ ਦੀ ਕੱਚੀ ਹਾਂਜੀ ਹਾਂਜੀ ਠੀਕ ਹੈ ਇਹ ਮਤਲਬ ਹੈ ਪਲੂਣ ਹੈ ਜੀ ਥੋੜੀ ਚੜ ਕੇ ਆਸ ਲੱਗੀ ਹੈ ਜੀ ਠੀਕ ਹੈ ਦੰਦੋ ਚੌਗੀ ਆ ਛਿੱਗ ਚੱਕ ਰਹੀ ਹੈ ਜੀ ਠੀਕ ਹੈ ਹਾਂਜੀ ਬਹੁਤ ਹਾਈਟ ਬਹੁਤ ਲੰਬੀ ਹੈ ਜੀ ਵੀਡੀਓ ਚ ਕਈ ਵਾਰ ਨਹੀਂ ਪਤਾ ਲੱਗਦਾ ਜੀ ਮੇਰੇ ਮੋਢਿਆਂ ਤੱਕ ਆਉਂਦੀ ਹੈ ਸਹੀ ਹੈ 5.5 ਫੁੱਟ ਤੋਂ ਬਾਹਰ ਹਾਈਟ ਹੈ ਜੀ ਓਕੇ ਉੱਚੀ ਲੰਬੀ ਹੈ ਪੂਰੀ ਹਾਈਟ ਲੈਂਥ ਫੁੱਲ ਹੈ ਇਹਦੋਂ ਅੱਗੇ ਇੱਕ ਹੋਰ ਗਾਂ ਖੜੀ ਹੈ ਦੱਸੋ ਤੇ ਇਹ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲੈ ਲੈਣੀ ਬਾਈ ਕਿੰਨਾ ਸੂਆ ਸੂ ਇਹ ਵੀ ਦੂਜੇ ਸੂਆ ਜੀ ਚੌਗੀ ਹੈ ਜੀ ਦੰਦੋ ਕਿੰਨਾ ਚਿਰ ਲੈਂਦੀ ਹੈ ਇਹਦਾ ਪੂਰਾ ਮਹੀਨਾ ਪਿਆ ਜੀ ਅਜੇ ਇੱਕ ਮਹੀਨਾ ਬਾਅਦ ਹਾਂਜੀ ਹਾਂਜੀ ਠੀਕ ਹੈ ਇਹਦੋਂ ਅੱਗੇ ਜਿਹੜੀ ਬਾਈ ਜਰਸੀ ਹੈ ਹਾਂਜੀ ਹਾਂਜੀ ਕਿੰਨਾ ਸੂਆ ਸੂਮੀ ਇਹ ਵੀ ਜੀ 4 ਦਿਨ ਦਾ ਦੂਜੇ ਸੂ ਸੂਣਾ ਜੀ ਇਹਨੇ ਠੀਕ ਹੈ ਹਾਂਜੀ ਤੋਰੀ ਬਾਈ ਤੋੜ ਦੇ ਮੈਂ ਕੋਲ ਕਿੰਨੇ ਕੁ ਦਿਨ ਲੈ ਜੂਗੀ ਇਹ ਸੂ ਇਹ ਬਸ ਜੀ 10 ਕੁ ਦਿਨ ਲਊ ਜੀ ਸੂਣ ਠੀਕ ਹੈ ਸੋ ਦੱਸੋ ਤਿਆਰੀ ਫੜਦੀ ਆਉਂਦੀ ਹੈ 10 ਕੁ ਦਿਨਾਂ ਵਿੱਚ ਦੀ ਇਹਨੇ ਸੂ ਪੈਣਾ ਜਰਸੀ ਨਸਲ ਹੈ ਲੰਬਾਈ ਠੀਕ ਹੈ ਹਾਈਟ ਜਿਹੜੀ ਉਹ ਜਰਸੀ ਗਾਵਾਂ ਵਾਲੀ ਵਜਨ ਫੁੱਲ ਹੈ ਲਿਆ ਵਾਪਸ ਬਾਈ ਥਾਣ ਹੱਥੀ ਚਵਾਈ ਵਾਲਾ ਢਾਂਚਾ ਇਹਦਾ ਤੁਸੀਂ ਵੀਡੀਓ ਤੋਂ ਜੱਜਮੈਂਟ ਕਰ ਸਕਦੇ ਇਹ ਤੋਂ ਅੱਗੇ ਕੁਛ ਸੂਈਆਂ ਸਵਾਈਆਂ ਬਾਈ ਕਿੰਨਵਾਂ ਸੂਆ ਸੂਈ ਹੈ ਤੁਸੀਂ ਦੂਜੇ ਸੂਏ ਸੂਈ ਹੈ ਜੀ ਕਿੰਨਾ ਚਿਰ ਹੋ ਗਿਆ ਤੀਜਾ ਦਿਨ ਆ ਸੂਈ ਨੂੰ ਜੀ ਕਿੰਨਵਾਂ ਦਿਨ ਤੀਜਾ ਦਿਨ ਜੀ ਠੀਕ ਹੈ ਅੱਜ ਬਿਲਕੁਲ ਬੌਲੇ ਤੋਂ ਖਾਲੀ ਆ ਤਕਰੀਬਨ 24-25 ਕਿਲੀਟਰ ਤੋਂ ਬਾਹਰ ਬੌਲੀ ਬੌਲੀ ਤਿਆਰ ਆਈ ਹੈ ਥੱਲੇ ਬੱਚਾ ਇਹਦੇ ਨਾਲ ਕੀ ਹੈ ਮੇਲ ਕਾਫ ਹੈ ਜੀ ਇਹਦੇ ਨਾਲ ਠੀਕ ਹੈ ਖੋਲ ਲਈ ਬਾਈ ਮੇਲ ਕਾਫ ਇਹਦੇ ਨਾਲ ਹੈ ਬੱਚੇ ਨੂੰ ਇਹਨੇ ਜਨਮ ਦਿੱਤਾ ਤੇ ਤਾਜ਼ੀ ਸੂਈ ਵੀ ਬੌਲੇ ਤੋਂ ਖਾ ਲਾਂਗੇ ਚਲ ਇੱਧਰ ਨੂੰ ਲੈ ਜਾ ਨਹੀਂ ਤਾਂ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਇੱਦਾਂ ਦਾ ਰੁੱਖ ਇਹਦੇ ਹਵਾਨੇ ਦਾ ਘੁਮਾ ਲਿਆ ਬਸ ਫਾਰਮ ਦੀਆਂ ਖੁੱਲੀਆਂ ਬੈਠਾ ਜੀ ਕਦੇ ਬੰਨੀਆਂ ਹੀ ਹੈਗੀਆਂ ਤਾਂ ਕਰਕੇ ਕਣਕ ਖਿੱਚਦੀਆਂ ਨੇ ਬੰਦੇ ਅੱਛਾ ਠੀਕ ਹੈ ਸੋ ਦੋਸਤੋ ਖੁੱਲੀ ਫਿਰਤੀ ਆਈ ਹੈ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਇਹ ਤੋਂ ਅੱਗੇ ਇੱਕ ਹੋਰ ਗਾਂ ਦੱਸੋ ਤੁਹਾਨੂੰ ਦਿਖਾਉਣੀ
ਬਈ ਇਹ ਕਿੰਨਵਾਂ ਸੂਆ ਵੀ ਜੀ? ਦੂਜਾ ਸੂਆ ਜੀ, 6 ਦੰਦ ਜੀ। ਠੀਕ ਹੈ, ਦੂਜਾ ਦੇਣਾ ਸੂਈ ਨੂੰ ਜੀ ਤਕਰੀਬਨ 20 ਤੋਂ ਬਾਹਰ ਬੌਲੀ ਤਿਆਰ ਆਈ ਹੈ ਥੱਲੇ, ਫੀਮੇਲ ਕਾਫ ਆ ਜੀ। ਠੀਕ ਹੈ, ਪਹਿਲਾਂ ਕਾਫ ਦੇਖੋ ਜੀ, ਇੰਨਾ ਇੰਪੋਰਟੈਂਟ ਕਾਫ ਜੀ। ਸਹੀ ਹੈ, ਵੱਛੀ ਉਸ ਤੋਂ ਦੇਖੋ, ਹਾਈਟ ਲੈਂਥ ਬਹੁਤ ਵੱਛੀ ਦੀ ਜੀ। ਸਹੀ ਹੈ, ਵੱਛੀ ਬਹੁਤ ਸੋਹਣੀ ਨੂੰ ਇਹਨੇ ਜਨਮ ਦਿੱਤਾ। ਤੋਰ ਦੇ ਇਹਨੂੰ ਵੀ, ਹਜੇ ਇਹ ਤਾਜ਼ੀ ਸੂਈ ਵੀ ਹੈ, ਦੂਜਾ ਤਹਿਣੀ ਹੈ। ਹੇਠਲੇ ਪੋਰਸ਼ਨ ਦੇ ਉੱਤੇ ਮਹਿਸੂਸ ਹੁੰਦੀ ਹੈ, ਥਣਾਂ ਦੇ ਉੱਤੇ ਜਿਹੜੀ ਉਹਦੇ ਭਲੂਣ ਹੈਗੀ ਹੈ। ਲੈ ਆ ਵਾਪਸ, ਚੰਗਾ ਦੁੱਧ ਇਹਦੇ ਤੋਂ ਵੀ ਆਸ ਹੈਗੀ ਵੀ ਇਹ ਦੇਊਗੀ। ਹੋਰ ਬੈਡ ਸੂਈ ਸਵਾਈ ਕਿੰਨਵਾ ਸੂਆ ਹੋਊਗੀ ਬਾਈ? ਦੂਜੇ ਸੂਏ ਜੀ ਇਹ 4 ਦੰਦ ਹੈ ਜੀ। ਠੀਕ ਹੈ, ਦੰਦੋ ਚੌਗੀ ਹੈ ਜੀ। 10 ਕੁ ਦਿਨ ਹੋ ਗਏ ਸੂਈ ਨੂੰ ਜੀ, ਤਕਰੀਬਨ 24-25 ਕਿਲੋ ਦੁੱਧ ਤਿਆਰ ਹੈ ਇਸ ਟਾਈਮ ਇਹਦੇ ਥੱਲੇ ਜੀ। ਠੀਕ ਹੈ, ਹਾਂਜੀ, 10 ਦਿਨਾਂ ਦੀ ਸੂਈ ਥੱਲੇ 24-25 ਕਿਲੋ ਦੁੱਧ ਹੈਗਾ, ਜੋ ਕਿ ਭਾਵੇਂ 2 ਟਾਈਮ ਕਹਿ ਲਓ ਜੇ ਤਸੱਲੀ ਤੁਸੀਂ ਕਰਨੀ ਹੈ। ਉਧਰ ਨੂੰ ਲੈ ਜੀ, ਚੱਲ ਲੈ ਜਾ, ਜਿੱਧਰ ਨੂੰ ਮਰਜ਼ੀ ਲੈ ਜਾ, ਲੰਬੀ ਲੈ ਜਾ ਉੱਪਰ ਨੂੰ। ਫੁੱਲ ਹਾਈਟ ਲੈਂਥ ਵਾਲੀ ਵੈੜ ਆ, ਦੱਸੋ ਚੰਗੇ ਕੱਦ ਕਾਰ ਦੀ ਹੈ, 10 ਦਿਨਾਂ ਦੀ ਸੂਈ ਵੀ ਲਿਆ ਵਾਪਸ। ਮੇਲ ਕਾਫ ਹੈ ਨਾਲ ਜੀ। ਠੀਕ ਹੈ, ਤੋਰ ਦੇ ਬਾਈ, ਗਰਲੈਂਡੋ ਕ੍ਰੋਸ ਆ ਗਈ ਥੋੜੀ ਜਿਹੀ ਜੀ। ਠੀਕ ਹੈ, ਖੋਲ ਦੇ। ਸੋ ਦੱਸੋ ਇਹਦਾ ਤੁਸੀਂ ਢਾਂਚਾ ਦੇਖ ਸਕਦੇ ਹੋ, ਥਣ ਹੱਥੀ ਮਿਵਾਈ ਵਾਲੇ, ਥੋੜਾ ਕ੍ਰੋਸ ਬਰੀਡ ਦੇ ਵਿੱਚ ਗਾਂ, ਥਣ ਹੱਥੀ ਚੁਆਈ ਵਾਲੇ ਚਾਰੇ ਦਿਸਦੇ। ਸੋ ਇਹਨਾਂ ਤੋਂ ਬਿਨਾਂ ਦੱਸੋ ਕੁਛ ਵਹਿੜਾਂ ਇਸ ਸਾਈਡ ਦੇ ਉੱਤੇ ਵੀ ਹੈ ਬਈ? ਇੱਧਰ ਵਹਿੜਾਂ ਇਹ ਵੀ ਸਾਰੀਆਂ ਵਿਕਰੀ ਵਾਲੀਆਂ ਜੀ? ਹਾਂਜੀ ਹਾਂਜੀ, ਇਹ ਵੀ ਵਿਕਰੀ ਵਾਲੇ ਮਾਲ ਆ ਸਾਰਾ ਜੀ। ਠੀਕ ਹੈ, ਹਾਂਜੀ, ਬਿਲਕੁਲ ਤਾਜ਼ੀ ਸੋਈਆਂ ਸਾਰੀਆਂ ਨੇ। ਡਿਟੇਲ ਇਹਨਾਂ ਦੀ ਆਪਾਂ ਇਹ ਸਿੱਖਣੀਆਂ ਦੀ ਦੱਸ ਦਿੰਦੇ ਹਾਂ। ਜਿਹੜੀ ਜਰਸੀ ਵੱਛੀ ਬੈਠੀ ਹੈ, ਹਾਂਜੀ, ਵਿਕਰੀ ਵਾਸਤੇ ਹੈ ਬਾਈ? ਨਹੀਂ ਵੀਰ, ਆਪਣੇ ਘਰੇ ਆ ਜੀ। ਅੱਛਾ, ਇਹ ਘਰੇ? ਹਾਂਜੀ ਹਾਂਜੀ, ਇਹਨੂੰ ਤਾਂ ਫਿਰ ਉਠਾ ਕੇ ਤੋੜਨ ਦੀ ਲੋੜ ਨਹੀਂ ਹੈ ਨਾ? ਕਿੰਨੇ ਚਿਰ ਦੀ ਕੱਪਣਾ ਬਾਈ ਇਹ ਵੈਸੇ? ਇਹਨੂੰ ਤਕਰੀਬਨ ਜੀ 6ਵਾਂ ਮਹੀਨਾ ਲੱਗ ਜਾਣਾ, ਅਗਲੇ 18 ਤਰੀਕ ਨੂੰ ਜਿਹੜੀ ਆਊਗੀ ਹੁਣ। 6ਵਾਂ ਮਹੀਨਾ ਲੱਗ ਜਾ? ਹਾਂਜੀ ਹਾਂਜੀ, ਠੀਕ ਹੈ। ਜਿਹੜੀ ਆ ਬਾਈ ਦੇਸੀ ਗਾਂ ਖੜੀ ਹੈ, ਹਾਂਜੀ, ਕਿੰਨਵਾਂ ਸੂਆ ਸੂਈ ਹੈ? ਇਹ ਦੂਜਾ ਸੂਆ ਸੂਈ ਹੈ ਜੀ, ਚੌਂਗੀ ਇਹ ਛਿੱਗ ਚੱਕਦੀ ਹੈ ਜੀ। ਕਿੰਨੇ ਦਿਨ ਹੋ ਗਏ ਸੂਈ ਨੂੰ? ਅੱਜ 4ਵਾਂ ਦਿਨ ਹੈ ਜੀ ਇਹਨੂੰ, ਮਤਲਬ ਬੌਲੀ ਤੋਂ ਖਾਲੀ ਹੈ ਜੀ। ਕਿੰਨਾ ਕੁ ਦੁੱਧ ਹੋਊਗਾ? ਦੁੱਧ ਤਕਰੀਬਨ ਇਹ ਥੱਲੇ ਹੈਗਾ 14-15 ਲੀਟਰ ਇਸ ਟਾਈਮ ਜੀ। 14-15 ਲੀਟਰ, ਹਾਂਜੀ। ਬੱਚਾ ਵੱਛੀ ਹੈ? ਵੱਛੀ ਨਾਲ ਹੈ ਜੀ। ਠੀਕ ਹੈ, ਇਹਦਾ ਵੀ ਜੀ ਆਪਣੀ ਘਰੇ ਰੱਖੀ ਹੋਈ ਹੈ ਜੀ। ਅੱਛਾ, ਹਾਂਜੀ, ਇਹ ਘਰੇ ਆਪਾਂ ਦੁੱਧ ਪੀਣ ਨੂੰ ਮਤਲਬ ਲਈ ਹੈ ਜੀ। ਠੀਕ ਹੈ, ਜਾਣੀ ਇਹ ਵਿਕਾਊ ਨਹੀਂ ਹੈ? ਨਹੀਂ, ਇਹ ਗਿਰ ਕਰਾਸ ਹੈ ਜੀ। ਠੀਕ ਹੈ, ਗਿਰ ਨਸਲ ਦੀ ਹੈ ਜੀ ਇਹ। ਠੀਕ ਹੈ, ਹਾਂਜੀ। ਸੋ ਦੋਸਤੋ, ਸਾਹੀਵਾਲ ਤੇ ਗਿਰ ਕਰਾਸ ਹੈ ਤੇ ਘਰੇ ਦੁੱਧ ਪੀਣ ਵਾਸਤੇ ਰੱਖੀ ਹੋਈ ਹੈ। ਸੋਹਣਾ ਥਣ ਤੇ ਚੰਗਾ ਢਾਂਚਾ ਦਿਸਦਾ, ਇੱਕ ਸਿੰਘਾਂ ਵਾਲੀ ਹੈ ਐਚ, ਇਹ ਵੀ ਫੋਰ ਸੇਲ, ਇਹ ਤਾਂ ਵੇਚ ਦਾਂਗੇ ਬਾਈ? ਹਾਂਜੀ ਹਾਂਜੀ, ਇਹ ਦੇ ਦਾਂਗੇ ਜੀ। ਕਿੰਨੇ ਦਿਨ ਹੋ ਗਏ ਸੂਈ ਨੂੰ? ਕਹਿਣ ਵਾਸਤੇ ਅੱਜ ਤੀਜਾ ਦਿਨ ਹੈ ਸੂਈ ਨੂੰ ਜੀ। ਪਹਿਲਾ ਸੂਆ 4 ਦੰਦ ਦੰਦੋ ਜੀ। ਠੀਕ ਹੈ, ਤਕਰੀਬਨ 15-16 ਲੀਟਰ ਇਸ ਟਾਈਮ ਥੱਲੇ ਬੌਲੀ ਹੈ ਜੀ। ਕੀ ਰੇਟ ਚ ਦੇ ਦਿਆਂਗੇ? ਰੇਟ ਵੀਡੀਓ ਫੋਨ ਤੇ ਕਰ ਲਾਂਗੇ ਜੀ, ਸਾਰੇ ਫੋਨ ਤੇ ਰਹਿਣਗੇ। ਹਾਂਜੀ ਹਾਂਜੀ, ਠੀਕ ਹੈ। ਸੋ ਦੱਸੋ ਇਹ ਰੇਟ ਫੋਨ ਤੇ ਰਹੂਗਾ? ਮਤਲਬ ਜਾਇਜ਼ ਰੇਟ ਨੇ ਜੀ, ਬਿਲਕੁਲ ਕੋਈ ਏਦਾਂ ਆਪਾਂ ਐ ਨੀ ਕਹਿੰਦੇ ਕਿ ਕੋਈ ਜ਼ਿਆਦਾ ਰੇਟ ਨੇ, ਬਿਲਕੁਲ ਨਾਰਮਲ ਰੇਟ ਦੀਆਂ ਗਾਵਾਂ ਨੇ ਜੀ ਇਹ ਸਾਰੀਆਂ ਆਪਣੀਆਂ। ਠੀਕ, ਹਾਂਜੀ। ਇਹਦੋਂ ਅੱਗੇ ਬਾਈ ਜਿਹੜੀਆਂ ਗਾਵਾਂ 2 ਹੋਰ ਖੜੀਆਂ, ਹਾਂਜੀ, ਇਹਨਾਂ ਦੀ ਵੀ ਡਿਟੇਲ ਖੜੀਆਂ ਦੀ ਦੱਸ ਦਿਓ, ਫਿਰ ਮੇਨ ਵੈੜ ਵਿਖਾਉਣੀ ਹੈ ਆਪਾਂ। ਇਹਨੂੰ 10 ਕੁ ਦਿਨ ਹੋਏ ਨੇ ਸੂਈ ਨੂੰ ਜੀ, ਤੇ ਤਕਰੀਬਨ 20 ਤੋਂ ਬਾਹਰ ਬਾਹਰ ਬੌਲੀ ਤਿਆਰ ਹੈ ਜੀ। ਠੀਕ ਹੈ, ਮਤਲਬ ਦੁੱਧ ਤਿਆਰ ਆ, 20 ਤੋਂ ਬਾਹਰ ਬਾਹਰ ਐਨ ਠੰਡਾ ਜੀ।
ਠੀਕ ਹੈ, ਕੋਈ ਮਰਜ਼ੀ ਆਵੇ ਦੋ ਟਾਈਮ ਚਾਰ ਟਾਈਮ ਆਪਣੀ ਚੋਗੇ ਲੈ ਕੇ ਜਾ ਸਕਦਾ, ਰੇਟ ਇਹਦਾ ਬਿਲਕੁਲ ਜਾਇਜ਼ ਹੈ ਜੀ। ਠੀਕ ਹੈ, ਇਹ ਤੋਂ ਅੱਗੇ ਬਈ ਇੱਕ ਗਾਂ ਖੜੀ ਹੈ, ਉਹ ਕੱਲ ਸੂਈ ਹੈ ਜੀ, ਉਹ ਵੀ ਸਵੇਰੇ ਕੱਲ ਸੂਈ ਹੈ ਜੀ, ਬੱਚੀ ਉਹਦੇ ਮਗਰ ਹੈ ਜੀ। ਠੀਕ ਹੈ, 15-16 ਕਿਲੋ ਇਸ ਟਾਈਮ ਥੱਲੇ ਬੋਲੀ ਹੈ ਜੀ। ਠੀਕ ਹੈ ਵੀਰੀ, ਮੇਨ ਗੱਲ ਹੈ ਨਾ ਆਪਣੇ ਕੋਲ ਕੋਈ ਵੀ ਬੰਦਾ ਆਵੇ, ਚਾਹੇ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ, ਆਪਣੇ ਕੋਲ ਰਹਿਣ ਦਾ ਪ੍ਰਬੰਧ ਆ, ਜੇ ਕਿਸੇ ਨੇ ਨਹੀਂ ਵੀ ਚੋਗੇ ਦੇਖਣੀ, ਆਪਣੀ 100% ਗਾਰੰਟੀ ਹੁੰਦੀ ਜੀ, ਆਪਾਂ ਕਦੇ ਕਿਸੇ ਗਾਂ ਨੂੰ ਬਾਜ਼ਾਰ ਨਹੀਂ ਲਾਇਆ। ਠੀਕ ਹੈ, ਜਿਵੇਂ ਹੁਣ ਤੁਹਾਡੇ ਸਾਹਮਣੇ ਸਾਰੀਆਂ ਦੇ ਚੱਡੇ ਹਵਾਨੇ ਖਾਲੀ ਨੇ ਜੀ, ਡੇਢ ਕੁ ਘੰਟਾ ਤੁਹਾਨੂੰ ਵੀ ਹੋਇਆ ਬੈਠਿਆਂ ਨੂੰ ਹੋ ਗਿਆ ਜੀ, ਬਿਲਕੁਲ ਖਾਲੀ ਹੁੰਦੇ ਨੇ, ਕਦੇ ਆਪਾਂ ਬਾਜ਼ਾਰ ਲਾ ਕੇ ਗਾਂ ਨਹੀਂ ਖੜਾਈ ਜੀ। ਠੀਕ ਹੈ, ਹਾਂਜੀ ਸਰ, ਦੋਸਤੋ ਇਹ ਲਾਸਟ ਉੱਤੇ ਵੈੜ ਤੁਹਾਨੂੰ ਦਿਖਾਉਣ ਵਾਸਤੇ ਕਿਹਾ ਸੀ ਤੇ ਉਹ ਤੁਹਾਨੂੰ ਦਿਖਾਉਣੇ ਆ ਵੀਰ ਵਿਰਿੰਦਰ ਬਾਈ, ਜਿਹੜੀ ਇਹ ਵੈੜ ਹੈ, ਹਾਂਜੀ ਹਾਂਜੀ, ਇਹ ਕਿਨਵਾਂ ਸੂਆ ਸੂਣ ਲੱਗੀ? ਇਹ ਪਲੂਨ ਸੂ ਵੀ ਜੀ, ਪਹਿਲੇ ਸੂਏ ਜੀ। ਠੀਕ ਹੈ, ਹਾਂਜੀ, ਦਿਨ ਕਿੰਨੇ ਕੁ ਲੈ ਜੂਗੀ? ਬਸ ਤਿਆਰੀਆਂ ਚਾਹੀ ਜੀ, ਇੱਕ ਅੱਜ ਸੂ ਪਵੇ, ਕੱਲ ਨੂੰ ਸੂ ਪਵੇ, ਬਿਲਕੁਲ ਤਿਆਰੀਆਂ ਚਾਹੀ। ਠੀਕ ਹੈ, ਹਾਂਜੀ, ਸੋ ਦੱਸੋ ਦੇਖੋ ਵੈੜ ਇਹ ਪਹਿਲਾ ਸੂਆ ਸੂਣਦੀ ਹੈ ਕਰਨ ਵਾਲੀ, ਸੂਣ ਦੀਆਂ ਤਿਆਰੀਆਂ ਚ ਹੀ ਹੈ, ਭਾਵੇਂ ਅੱਜ ਸੂ ਪਏ ਤੇ ਭਾਵੇਂ ਕੱਲ ਨੂੰ ਸੂ ਪਏ, ਪੂਰੀ ਤਣੀ ਪਈ ਹੈ। ਢਾਂਚਾ ਇਹਦਾ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਦੋਸਤੋ, ਹਵਾਨਾ ਜਿਹੜਾ ਅੱਗੇ ਨੂੰ ਵੀ ਚੰਗਾ ਹੈ, ਪਿਛਾਂਹ ਨੂੰ ਹਵਾਨਾ ਤੁਸੀਂ ਦੇਖ ਸਕਦੇ ਹੋ, ਭਲੂਣ ਜਿਹੜੀ ਉਹ ਹਵਾਨੇ ਦੇ ਉੱਤੇ ਜ਼ਰੂਰ ਹੈਗੀ ਆ, ਨੇੜਾ ਆ, ਪਸ਼ੂ ਪਾਉਂਦਾ ਵੀ ਹੈ, ਢਾਂਚੇ ਚੰਗੇ ਦੀ ਹੈ, ਬਾਕੀ ਜੋ ਸਟਰਕਚਰ ਹੈ ਜੋ ਚੀਜ਼ ਆ ਉਹ ਤੁਹਾਡੇ ਸਾਹਮਣੇ ਕੈਮਰੇ ਦੀ ਨਿਗਾਹ ਚ ਹੈ। ਸੋਨੇ ਪਹਿਲਾ ਸੂਆ ਸੋਨਾ ਫਾਰਮ ਦੀ ਬੱਚੀ ਹੈ ਵੀ ਜੀ, ਫਾਰਮ ਚ ਪਲੀ ਹੈ ਜੀ। ਠੀਕ ਹੈ, ਆਪਾਂ ਵੀ ਬੰਨੀ ਨੀ ਹੈਗੀ, ਜਿੱਦਾਂ ਦੀ ਆਪਣੇ ਕੋਲ ਆਈ ਖੁੱਲੀ ਹੋ ਸਕਦੀ ਹੈ ਜੀ। ਅੱਛਾ, ਹਾਂਜੀ, ਸੋ ਦੋਸਤੋ ਇਹ ਖੁੱਲੀ ਫਿਰਦੀ ਹੈ ਬਾਈ, ਕਹਿੰਦਾ ਆਪਾਂ ਬੱਧੀ ਨੀ ਗੀ, ਜਦੋਂ ਦੀ ਆਈ ਹੈ ਇਸੇ ਤਰ੍ਹਾਂ ਇਹ ਖੁੱਲੀ ਰਹਿੰਦੀ ਹੈ, ਕੱਚੇ ਥਾਂ ਚ ਬੈਠਦੀ ਹੈ, ਵੱਡਾ ਹਵਾਨਾ ਤਿਆਰ ਹੈ ਤੇ ਆਸ ਇਹੀ ਹੈ ਵੀ ਇਹ ਬਹੁਤ ਸੋਹਣਾ ਦੁੱਧ ਹੈ ਜੀ। 40 ਤੋਂ 40 ਤੋਂ 12 ਵਾਰ ਦੁੱਧ ਦੀ ਗਰੰਟੀ ਮਾਲਕਾਂ ਨੇ ਲਈ ਹੈ ਜੀ, ਅੱਗੇ ਵੀ ਚੰਗੇ ਸੀਮਨ ਤੋਂ ਪ੍ਰੈਗਨੈਂਟ ਹੈ ਜੀ। ਠੀਕ ਹੈ, ਹਾਂਜੀ, ਆਪਾਂ ਗਰੰਟੀ ਤਾਂ ਨਹੀਂ ਲੈਂਦੇ ਜੀ, ਕਿਉਂਕਿ ਆਪਾਂ ਤੁਹਾਨੂੰ ਪਤਾ ਕਦੇ ਵੀਡੀਓ 'ਚ ਆਪਾਂ ਸੀਮਨ ਦਾ ਨਾਂ ਨਹੀਂ ਲਿਆ, ਕਦੇ ਦੱਸ ਕੇ ਨਹੀਂ ਦਿੱਤੀ ਜੀ। ਠੀਕ ਹੈ, ਹਾਂਜੀ, ਸਹੀ ਹੈ। ਸੋ ਦੱਸੋ ਸੀਮਨ ਦੀ ਡਿਟੇਲ ਵਾਕਈ ਨਹੀਂ ਦੱਸੀ ਜਾਂਦੀ, ਬਾਕੀ ਤੁਸੀਂ ਆ ਕੇ ਪਸ਼ੂ ਦੇਖਣੇ ਹੁੰਦੇ ਆ ਤੇ ਪਾਸ ਕਰਕੇ ਖਰੀਦ ਸਕਦੇ ਹੋ, ਨੰਬਰ ਸਕਰੀਨ ਉੱਤੇ ਚੱਲੀ ਜਾਂਦਾ, ਇਸ ਨੰਬਰ ਤੇ ਕਰੋ ਸੰਪਰਕ। ਇਹ ਦੋਸਤੋ ਗਾਵਾਂ ਅੱਜ ਦੀ ਵੀਡੀਓ 'ਚ ਵਿਕਰੀ ਵਾਲੀਆਂ ਸੀਗੀਆਂ, ਧੰਨਵਾਦ ਵੀਡੀਓ ਦੇਖਣ ਵਾਸਤੇ।